You're watching Sur Sangeet. ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਵੇਖ ਰਹੇ ਹੋ ਆਪਣਾ ਮਨ ਪਸੰਦੀਦਾ ਟੀ ਵੀ ਪ੍ਰੋਗਰਾਮ ਸੁਰ ਸੰਗੀਤ। ਮੇਰੇ ਵੱਲੋਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਔਰ ਇਸੇ ਤਰ੍ਹਾਂ ਇਹ ਚੈਨਲ ਤੁਹਾਡੀ ਸਾਰਿਆਂ ਦੀ ਸੇਵਾ ਕਰਦਾ ਰਹੇ ਔਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦਾ ਰਹੇ। ਸੁਰ ਸੰਗੀਤ ਦੇਖਦੇ ਰਹੋ। ਮੈਂ ਪ੍ਰਿਆ ਸਹਾਇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹੈਗੀ ਹਾਂ ਸੁਰ ਸੰਗੀਤ ਸ਼ੋਅ ਦੇ ਵਿੱਚ, ਜੋ ਕਿ ITV 'ਤੇ ਮੰਡੇ ਟੂ ਫਰਾਈਡੇ 11:30 AM ਔਰ ਸੈਟਰਡੇ ਐਂਡ ਥਰਸਡੇ QP TV 'ਤੇ ਤੁਸੀਂ ਵੇਖ ਸਕਦੇ ਹੈਗੇ ਆ। ਆਪਣੇ ਸੈਟਰਡੇ ਐਂਡ ਸੰਡੇ ਜਿਹੜੇ ਰੈਗੂਲਰ ਹੀ ਹੁੰਦੇ ਹੈਗੇ ਆ, ਟਿਪੀਕਲ ਵੀਕਐਂਡ ਕਿਵੇਂ ਨਿਕਲ ਜਾਂਦੇ ਸਾਨੂੰ ਤਾਂ ਪਤਾ ਹੀ ਨਹੀਂ ਚੱਲਦਾ, ਮੈਨੂੰ ਖੁਦ ਨੂੰ ਨਹੀਂ ਪਤਾ ਚੱਲਦਾ ਸੀਰੀਅਸਲੀ। ਅਗਰ ਮੇਰਾ ਟਿਪੀਕਲ ਸੈਟਰਡੇ ਐਂਡ ਸੰਡੇ ਅਗਰ ਦੇਖਿਆ ਜਾਏ ਤਾਂ ਆਈ ਵਿਲ ਜਸਟ ਗੋ ਆਊਟ ਵਿਦ ਮਾਈ ਫਰੈਂਡ ਜਾਂ ਫਿਰ ਫੈਮਲੀ ਦੇ ਨਾਲ ਆਪਾਂ ਟਾਈਮ ਸਪੈਂਡ ਕਰ ਲੈਂਦੇ ਹੈਗੇ ਹਾਂ। ਲੇਕਿਨ ਆਪਾਂ ਨੂੰ ਸੋਚਣਾ ਚਾਹੀਦਾ ਹੈਗਾ ਕਿ ਅਸੀਂ ਫੈਮਲੀ ਦੇ ਨਾਲ ਟਾਈਮ ਸਪੈਂਡ ਕਰਕੇ ਕਿਤੇ ਆਪਣਾ ਟਾਈਮ ਤਾਂ ਨਹੀਂ ਵੇਸਟ ਕਰ ਰਹੇ। ਸਾਨੂੰ ਕਿਤੇ ਬਾਹਰ ਜਾਣਾ ਚਾਹੀਦਾ ਹੈਗਾ, ਜਿਸ ਤਰ੍ਹਾਂ ਕਿ ਪਾਰਕਸ ਹੋ ਗਏ, ਫੋਰ ਐਗਜ਼ਾਮਪਲ ਆਈਜ਼ਨਹਾਵਰ ਪਾਰਕ ਜੋ ਕਿ ਨਾਸਾ ਕਾਉਂਟੀ ਇਤਨਾ ਲੌਂਗ ਆਈਲੈਂਡ ਦੇ ਵਿੱਚ ਲੋਕੇਟਡ ਹੈਗਾ। ਸਾਨੂੰ ਇਸ ਪਾਰਕ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਔਰ ਆਪਣੇ ਫਰੈਂਡਸ ਦੇ ਨਾਲ, ਸਪੈਸ਼ਲੀ ਆਈ ਵੁੱਡ ਇਨਕਰੇਜ ਕਿ ਤੁਸੀਂ ਆਪਣੇ ਸਾਰੇ ਫਰੈਂਡਸ ਦੇ ਨਾਲ ਆਓ ਅਤੇ ਨਾਲ ਦੇਖੋ ਇਸ ਪਾਰਕ ਦੀ ਸਿਗਨੀਫਿਕੈਂਸ ਔਰ ਉਹਨਾਂ ਨੇ ਜਿਨ੍ਹਾਂ ਨੇ ਇਸ ਪਾਰਕ ਨੂੰ ਇਸਟੈਬਲਿਸ਼ ਕੀਤਾ ਹੈਗਾ, ਹਾਊ ਮਚ ਆਫ ਹਾਰਡ ਵਰਕ ਦ ਪੁੱਟ ਇਨ, ਐਂਡ ਉਹ ਸਾਨੂੰ ਇਨਕਰੇਜ ਕਰਨਾ ਚਾਹੀਦਾ ਹੈਗਾ, ਸਪੈਸ਼ਲੀ ਆਪਣੇ ਪੰਜਾਬੀਆਂ ਨੂੰ। ਸਿੰਸ ਵੀ ਆਰ ਇਮੀਗ੍ਰੈਂਟ ਇਨ ਦਿਸ ਕੰਟਰੀ, ਵੀ ਹੈਵ ਟੂ ਲਰਨ, ਵੀ ਹੈਵ ਟੂ ਲਰਨ ਸੋ ਮੈਨੀ ਥਿੰਗਸ ਅਬਾਊਟ ਦਿਸ ਕੰਟਰੀ ਜੋ ਕਿ ਇੰਨੀਆਂ ਖਾਸ ਨੇ, ਜਿਸ ਬਾਰੇ ਸਾਨੂੰ ਪਤਾ ਹੀ ਨਹੀਂ ਹੈਗਾ। ਜਦੋਂ ਤੱਕ ਅਸੀਂ ਆਪਣੇ ਘਰਾਂ ਤੋਂ ਨਿਕਲਾਂਗੇ ਨਹੀਂ, ਸਾਨੂੰ ਕਿਵੇਂ ਪਤਾ ਚੱਲੇਗਾ ਕਿ ਅਸੀਂ ਇਸ ਕੰਟਰੀ ਦੇ ਵਿੱਚ ਰਹਿ ਕੇ ਸਾਨੂੰ ਅਸੀਂ ਇੰਨਾ ਕੁਛ ਮਿਸ ਆਊਟ ਕਰ ਰਹੇ ਹੈਗੇ ਹਾਂ। ਮਗਰ ਘਬਰਾਓ ਨਾ, ਅਸੀਂ ਤੁਹਾਨੂੰ ਅੱਜ ਲੈ ਕੇ ਜਾਂਦੇ ਹੈਗੇ ਹਾਂ ਆਈਜ਼ਨਹਾਵਰ ਪਾਰਕ ਦੇ ਵਿੱਚ, ਅਤੇ ਨਾਲ ਦਿਖਾਉਂਦੇ ਹੈਗੇ ਹਾਂ ਵੀ ਇੱਥੇ ਕਿੰਨੀਆਂ ਵਧੀਆ ਵਧੀਆ ਚੀਜ਼ਾਂ ਨੇ, ਅਤੇ ਨਾਲ ਆਈ ਹੋਪ ਕਿ ਤੁਹਾਡਾ ਵੀ ਦਿਲ ਕਰ ਆਏਗਾ ਕਿ ਤੁਸੀਂ ਵੀ ਇੱਥੇ ਆਓ ਅਤੇ ਨਾਲ ਨਾਲ ਟਾਈਮ ਸਪੈਂਡ ਕਰੋ ਆਪਣੀ ਫੈਮਲੀ ਦੇ ਨਾਲ। ਦੇਰ ਇਜ਼ ਲੇਕ, ਦੇਰ ਟ੍ਰੀਜ਼, ਦੇਰ ਇਜ਼ ਗ੍ਰੀਨਰੀ, ਦੇਰ ਇਜ਼ ਐਵਰੀਥਿੰਗ ਓਵਰ ਹੇਅਰ। ਆਈਜ਼ਨਹਾਵਰ ਪਾਰਕ ਦੇ ਵਿੱਚ ਆਉਣ ਤੋਂ ਬਾਅਦ ਸਾਨੂੰ ਪਤਾ ਚੱਲਿਆ ਕਿ ਇੱਥੇ September 11, 2001 ਜੋ ਕਿ ਅਟੈਕ ਹੋਇਆ ਸੀਗਾ ਵਰਲਡ ਟ੍ਰੇਡ ਸੈਂਟਰ 'ਤੇ, ਉਸ ਲਈ ਇੱਕ ਟ੍ਰਿਬਿਊਟ ਵੀ ਹੈ। ਅਸੀਂ ਤੁਹਾਨੂੰ ਉਹ ਦਿਖਾਉਂਦੇ ਹੈਗੇ ਹਾਂ ਔਰ ਜਿੱਥੇ ਕਿ ਸਾਡੀਆਂ ਚੰਗੀਆਂ ਯਾਦਾਂ ਜੁੜੀਆਂ ਹੈਗੀਆਂ ਨੇ, ਉੱਥੇ ਸਾਡੀ ਮਾੜੀਆਂ ਯਾਦਾਂ ਵੀ ਤਾਜ਼ਾ ਹੋ ਜਾਂਦੀਆਂ ਨੇ ਕਿ ਅਸੀਂ ਆਪਣੇ ਲੋਕਾਂ ਨੂੰ ਆਪਣੇ ਦੇਸ਼ ਦੇ ਵਿੱਚ ਇੱਕ ਐਸਾ ਅਟੈਕ ਹੁੰਦੇ ਹੋਏ ਦੇਖਿਆ ਹੈਗਾ ਕਿ ਜਿਸ ਤੋਂ ਬਾਅਦ ਅਸੀਂ ਸਾਡੀ ਜ਼ਿੰਦਗੀ ਥੋੜ੍ਹੀ ਸੈਮੀ ਸੈਮੀ ਹੈ, ਲੇਕਿਨ ਜ਼ਿੰਦਗੀ ਦਾ ਨਾਮ ਹੈਗਾ ਚੱਲਣਾ। ਵਰਲਡ ਟ੍ਰੇਡ ਸੈਂਟਰ, ਉਹ ਟ੍ਰੇਡਿੰਗ ਸੈਂਟਰ ਅਤੇ ਨਾਲ ਉਹ ਟ੍ਰੇਡਿੰਗ ਮਾਰਕ ਜੋ ਕਿ ਮਨਹੈਟਨ ਦੇ ਵਿੱਚ ਬਹੁਤ ਹੀ ਬੁਰੀ ਤਰ੍ਹਾਂ ਢਹਿ ਗਿਆ ਇੱਕ ਪਲੇਨ ਕ੍ਰੈਸ਼ ਦੇ ਕਰਕੇ, ਅੱਜ ਵੀ ਅਸੀਂ ਉਹਨਾਂ ਬਿਲਡਿੰਗਾਂ ਨੂੰ, ਉਹਨਾਂ ਸਕਾਈ ਕੇਪਰਸ ਨੂੰ ਲੱਭਦੇ ਹੈਗੇ ਹਾਂ। ਲੇਕਿਨ ਅਫਸੋਸ ਦੀ ਗੱਲ ਕਿ ਅੱਜ ਉਹ ਸਾਡੇ ਵਿੱਚ ਮੌਜੂਦ ਨਹੀਂ ਹਨ। ਅਸੀਂ ਆਈਜ਼ਨਹਾਵਰ ਪਾਰਕ ਵਾਲਿਆਂ ਨੂੰ ਸਲਿਊਟ ਦਿੰਦੇ ਹੈਗੇ ਹਾਂ ਕਿ ਉਹਨਾਂ ਨੇ ਇਹ ਯਾਦ ਸਾਡੇ ਲਈ ਸਾਂਭ ਕੇ ਰੱਖੀ ਹੈ। ਐਜ਼ ਯੂ ਆਲ ਕੈਨ ਸੀ ਔਨ ਮਾਈ ਰਾਈਟ ਸਾਈਡ, ਦ ਮੈਮੋਰੀਅਲ ਆਫ ਵਰਲਡ ਟ੍ਰੇਡ ਸੈਂਟਰ, ਦ ਟਵਿਨ ਸੈਂਟਰਸ ਜੋ ਕਿ ਅੱਜ ਮਨਹੈਟਨ ਦੇ ਵਿੱਚ ਨਹੀਂ ਨੇ। ਦਿਸ ਇਜ਼ ਦ ਡਰੀਮ ਦੈਟ ਵਿਲ ਕਮ ਅਲਾਈਵ, ਬਟ ਫੋਰ ਨਾਓ ਵੀ ਡੋਂਟ ਹੈਵ ਇਟ ਅਮੰਗਸ ਅਸ। ਐਜ਼ ਯੂ ਕੈਨ ਸੀ ਔਨ ਮਾਈ ਦਿਸ ਸਾਈਡ, ਦਿਸ ਇਜ਼ ਦ ਐਕਚੁਅਲ ਸਟੀਲ ਫਰੋਮ ਵਰਲਡ ਟ੍ਰੇਡ ਸੈਂਟਰ। ਇਹ ਸਟੀਲ, ਇਹ ਆਇਰਨ ਜੋ ਕਿ ਕਦੇ ਉਸ ਇਮਾਰਤ ਨੂੰ ਲੈ ਕੇ, ਉਹਨਾਂ ਦੋ ਇਮਾਰਤਾਂ ਨੂੰ ਲੈ ਕੇ ਬੜੇ ਹੀ ਮਾਣ ਦੇ ਨਾਲ ਖੜੀ ਹੁੰਦੀ ਸੀਗੀ, ਅੱਜ ਇਹ ਢਹਿ ਕੇ ਵਿਛੜ ਕੇ ਸਾਡੇ ਸਾਨੂੰ ਯਾਦ ਕਰਾਉਣ ਲਈ ਇੱਥੇ ਖੜੀ ਹੈ। तेरी कृपा करो दाता, तू हमें ज्ञान की रोशनी दे।
मुस्कुराते महकते रहे हम, फूल जैसी हमें जिंदगी दे, हम पे इतनी कृपा कर ओ दाता, तू हमें ज्ञान की रोशनी दे। जय जवान जय किसान। जिवें किसान अपनी धरती नूं उपजाऊ बनांदा हैगा, उसी तरह जिहड़ा जवान है वह अपनी धरती लई रक्षा करदा हैगा आ। जिहड़े धरती दी रक्षा करदे करदे शहीद होए, वह जवान जिवें कि वर्ल्ड वार टू हो गया या सिविल वॉर होगी, जिन्हें भी यूनाइटेड स्टेट दे विच वॉर होए ने, उन्हां दे लई जिन्हें फौजी शहीद होए उन्हां नूं एक ट्रिब्यूट, उन्हां दे लई एक मेमोरियल जो आइजनहावर पार्क दे विच बनाया गया है। सच की आवाज बनकर जिएंगे, झूठ का हम न लेंगे सहारा, एक अनमोल धन है ये जीवन, इसको खोना नहीं है गवारा, दे परख हमको नेकी बदी की, प्यार दे तू हमें शांति दे। शहीदों की चिताओं पर लगेंगे हर बरस मेले, वतन पर मिटने वालों का यही बाकी निशान होगा। तुसी जैसा कि वेख रहे हैगे हाँ, असी आए हैगे हाँ वेटरन मेमोरियल सेंटर, जो कि आइजनहावर पार्क लॉन्ग आइलैंड सिटी दे विच हैगा आ। आइजनहावर पार्क का वैटरन मेमोरियल सेंटर वेख के अज मैनू रियलाइज़ हो रहा है कि असी किन्ने खुशनसीब हैगे हाँ, सानू हाउ प्राउड वी शुड बी कि जिस देश दे विच असी इस टाइम खड़े हैगे हाँ, जिस देश ने सानू इज्जत मान रोटी मकान सारा कुछ बख्शिया हैगा आ, जिस देश दे करके असी अपने देश पिछे जाके दस सकते हैगे हाँ दैट वी आर प्राउड टू बी अमेरिकन।